ਅਸਸਲਾਮੁਅਲਿਕਮ ਹੈਲੋ ਨੀਹਾ ਹਾ ਅਨਿਆਸ ਸੇਓ ਕੇਮ ਚੋ ਮਜਾ ਮੈਂ ਸੋ ਅੱਜ ਮੈਂ ਕਹਿ ਰਹੀ ਥੀ ਦੇਸੀ ਕੁੜੀ ਦਾ ਮੇਕਅਪ ਪਰ ਮਤਲਬ ਕਿ ਮੈਂ ਆਪਣੇ ਆਪਣੇ ਆਪਣੂ ਦੇਸੀ ਕੁੜੀ ਵਾਲਾ ਮੇਕਅਪ ਕਰ ਰਹੀ ਸੀ ਐਸ ਵਾਸਤੇ ਮੈਂ ਪੰਜਾਬੀ ਚ ਅੱਜ ਗੱਲ ਵੀ ਕਰਾਂਗੀ ਸੋ ਐ ਮਿਕ ਸੋ ਨਹੀਂ ਸਾਰਾ ਤੇ ਐ ਮੇਕਅਪ ਜਿਹੜਾ ਬੜਾ ਹੀ ਆਸਾਨ ਸੀ ਇਹਦੇ ਵਾਸਤੇ ਸਿਰਫ ਤੁਹਾਨੂੰ ਕਾਲੀ ਪੈਨਸਲ ਚਾਹੀਦੀ ਹੈ ਤੇ ਤੁਹਾਡੀ ਅੱਖਾਂ ਦੇ ਡਿੱਲੇ ਚਾਹੀਦੇ ਆ ਤੇ ਉਹਨਾਂ ਦੇ ਉੱਤੇ ਬਸ ਤੁਸੀਂ ਲਾਉਂਦੇ ਜਾਣਾ ਕਾਲੀ ਪੈਨਸਲ ਤੇ ਬਸ ਉਹਨੂੰ ਬਲੈਂਡ ਕਰਦੇ ਜਾਣਾ ਤੇ ਮੈਂ ਪਹਿਲੀ ਥੋੜਾ ਜਿਹਾ ਲਾਇਆ ਫਿਰ ਉਹਨੂੰ ਬਲੈਂਡ ਕੀਤਾ ਫਿਰ ਥੋੜਾ ਜਿਹਾ ਲਾਇਆ ਫਿਰ ਉਹਨੂੰ ਬਲੈਂਡ ਕੀਤਾ ਮੈਨੂੰ ਤੇ ਆਪਣੀ ਐਲੀ ਲੁੱਕ ਬੜੀ ਸੋਹਣੀ ਲੱਗਦੀ ਵੀ ਸੀ ਤੇ ਮੈਂ ਆਪਣੇ ਵਾਲ ਵੀ ਹੰਨਾਰ ਦੇ ਬਣਾਏ ਤੇ ਗਲੇਚ ਵੀ ਪਾਇਆ ਤੇ ਬੜੀ ਮਿਹਨਤ ਕੀਤੀ ਹੈ ਤੇ ਫਿਰ ਮੇਰੀ ਮੈਨਤ ਵਾਸਤੇ ਤੁਹਾਨੂੰ ਲਾਈਕ ਤੇ ਕਰਨਾ ਹੀ ਚਾਹੀਦਾ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਜਿਹਾ ਕਾਲਾ ਰੰਗ ਸੀਨ ਉਹਨੂੰ ਵਿੰਗ ਆਰ ਬਾਰ ਬਾਰ ਵੀ ਕਰ ਦਸ ਰਿਆ ਤਾਂ ਕਿ ਥੋੜੀ ਜਿਹੀ ਮੇਰੀ ਅੱਖ ਲੰਬੀ ਵੀ ਦਿਖੇ ਯੂ نو ਬਦਾਮੀ ਅੱਖ ओके <laughs> तो उस तो बाद मैं तुम्हें कि वेखो वेखो मैं कि अच्छा मेकअप कर लिया उस तो बाद हल्का लाइट ब्राउन कलर लिया तो मैं उन्होंने अपनी अखा के उत्ते ला लिया ताकि मेरी अखा थोड़ा डीकनेस आ जाए ताकि अच्छी लगे यू नो तो मैं वो अपनी अखे लाया और थोड़ा जो बार देखकर लाया अरबी स्टाइल का ताकि वो ਮੇਰੀ ਥਲੜੀ ਅੱਖ ਨੂੰ ਕੰਪਲੀਮੈਂਟ ਕਰੇ ਫਿਰ ਜੀ ਮੈਂ ਲਿਆ ਆਪਣਾ ਹਾਈਲਾਈਟਰ ਜਿਹੜਾ ਕਿ ਸੀ ਚਿੱਟੇ ਰੰਗ ਦਾ ਤੇ ਫਿਰ ਉਹਨੂੰ ਮੈਂ ਆਪਣੇ ਲਾਲ ਜਾਂ ਬਰਾਉ ਬੋਨ ਦੇ ਉੱਤੇ ਉਹ ਲਾ ਇਤਨੀ ਅੱਛੀ ਪੰਜਾਬੀ ਬੋਲਨੀ ਆ ਮੈਂ ਕੀ ਦੱਸਾਂ ਤੁਹਾਨੂੰ ਤੇ ਉਸ ਤੋਂ ਬਾਅਦ ਮੈਂ ਬੜੀ ਖੁਸ਼ ਸਾਂ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਅੱਗੇ ਲਾਇਆ ਕਿਉਂਕਿ ਮੈਂ ਆਪਣੇ ਕਾਰਨਰਸ ਤੇ ਨਹੀਂ ਲਾ ਸਕਦੀ ਸਾਂ ਤੇ ਮੈਂ ਉੱਤੇ ਲਾ ਲਿਆ ਜਿੱਥੇ ਜਿੱਥੇ ਲਾ ਸਕਦੀ ਸਾਂ ਉੱਥੇ ਉੱਥੇ ਲਾ ਲਿਆ ਫਿਰ ਆਪਣੇ ਮੂੰਹ ਨੂੰ ਆ ਗਿਆ ਮੈਂ ਕਿਹਾ ਨਾ ਦਾ ਮੂੰਹ ਤੇ ਇੰਨਾ ਪਤਲਾ ਜਿਹਾ ਹੁੰਦਾ ਸਾਰੇ ਘਰ ਦੇ ਕੰਮ ਕਰਦੇ ਤੇ ਮੇਰਾ ਮੂੰਹ ਇੰਨਾ ਵੱਡਾ ਨਾ 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 ਪਹਿਨੇ ਤੈਨੂੰ ਮੂੰਹ ਛੋਟਾ ਕਰਨਾ ਪੈਣਾ ਤੇ ਫਿਰ ਮੈਂ ਆਪਣਾ ਮੂੰਹ ਵੀ ਚਿਪਟਾ ਕਰ ਲਿਆ ਮੈਂਨੇ ਜ਼ਿੰਦਗੀ ਮੇਂ ਕਬੀ ਇਤਨੀ ਪੰਜਾਬੀ ਨਹੀਂ ਬੋਲੀ ਤੇ ਮੈਂ ਤੁਹਾਨੂੰ ਕਹਿਨੀ ਆਂ ਕਿ ਜੇ ਤੁਸੀਂ ਗਏ ਨਾ ਮੇਰਾ ਚੈਨਲ ਸਬਸਕ੍ਰਾਈਬ ਕੀਤੇ ਬਿਗੈਰ ਤੇ ਲਾਈਕ ਕੀਤੇ ਬਿਗੈਰ ਮੇਰੀ ਵੀਡੀਓ ਨੂੰ ਤੇ ਫਿਰ ਤੁਹਾਨੂੰ ਅੱਲਾ ਹੀ ਪੁੱਛੇਗਾ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਆ ਉਸ ਤੋਂ ਬਾਅਦ ਹੈ ਮੇਰੀ ਥੋਡੀ ਤੇ ਥੋੜਾ ਛੋਟਾ ਜਿਹਾ ਗੱਡਾ ਪੈਂਦਾ ਤੇ ਮੈਂ ਉਹਨੂੰ ਥੋੜਾ ਬ੍ਰਾਊਨ ਕਲਰ ਨਾਲ ਔਰ ਵਹਾਇਆ ਹੈ ਉਂਝ ਮੈਂ ਨਹੀਂ ਵਹਾਉਂਦੀ ਹੰਦੀਪ ਤੇ ਮੈਂ ਉਹਨੂੰ ਵਹਾਇਆ ਕਿ ਮੈਂ ਕਿਹਾ ਚਲੋ ਕੁਝ ਨਵਾਂ ਹੋ ਜਾਏ ਤਾਂ ਫਿਰ ਜੀ ਮੇਰਾ ਫਿਨਾ ਜਿਹਾ ਨੱਕੀ ਤੇ ਮੈਂ ਉਹਨੂੰ ਕੰਡੋਰ ਵੀ ਕਰਨਾ ਪੈਂਦਾ ਕਿਉਂਕਿ ਸੋਣਾ ਚ ਲਿਖਣਾ ਬਾਈ ਦਾ ਵੇ ਆ ਮੇਕਅਪ ਨਾ ਮੈਂ ਇੱਕ ਡਰਾਮਾ ਵੇਖਿਆ ਸੀ ਜੋਕ ਸਿਆਲ ਮਤਲਬ ਪਤਾ ਨਹੀਂ ਉਹਨੇ ਸਹੀ ਨਾਮ ਲੰਨੀ ਅਭੀ ਉਹਦੇ ਇਚ ਨਾ ਦੇਸੀ ਕੁੜੀਆਂ ਨੇ ਸੇਮ ਹੈ ਜਿਹਦਾ ਮੇਕਅਪ ਕੀਤਾ ਸੀ ਮੈਨੂੰ ਇੰਨੀ ਸੋਹਣੀਆਂ ਲੱਗਦੀਆਂ ਨਹੀਂ ਉਹਨੀਆਂ ਦੀਆਂ ਅੱਖਾਂ ਪਿਆਸਨ ਕਿ ਮੈਂ ਕਿ ਬਸ ਤਾਰਾ ਹੂੰ ਤੂੰ ਵੀ ਜੋਕ ਸਿਆਲ ਅਲ ਕੁੜੀ ਬਣ ਜਾਣਾ ਤੇ ਕਿ ਤੁਸੀਂ ਇਹ ਵਾਲਾ ਡਰਾਮਾ ਵੇਖਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਫਿਰ ਮੈਂ ਆਪਣੇ ਲਈ ਲਾਲੀ ਕਿਉਂਕਿ ਇਹ ਕੋ ਦਿਹਾਤੀ ਕੁੜੀਆਂ ਸ਼ਰਮ ਰਿਆਵੀ ਹੁੰਦੀ ਫਿਰ ਜੀ ਪਾਈ ਮੈਂ ਨਕਲੀ ਨੱਥ ਤੇ ਆਪਣੀ ਲੁੱਟ ਨੂੰ ਅਸੀਂ ਕਮਾਇਆ ਔਰ ਐ ਸਾਡੀ ਫਾਈਨਲ ਲੁੱਕ Terima kasih telah menonton!